ਸੁਖਦੀਪ ਸਿੰਘ ਆ ਜੀ, ਮੇਰੇ ਭੂਆ ਜੀ ਦਾ ਲੜਕਾ ਸੀ ਜਸਵਿੰਦਰ ਸਿੰਘ ਗਿੱਲ, ਜਿਨ੍ਹਾਂ ਦੀ ਕੱਲ੍ਹ ਹੀ ਸਾਨੂੰ ਸੂਚਨਾ ਮਿਲੀ ਆ ਵੀ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਆ। ਬਹੁਤ ਹੀ ਮਾੜੀ ਘਟਨਾ ਹੋਈ ਆ ਜੀ। ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ ਅੱਗੇ ਤੋਂ ਵੀ, ਬਹੁਤ ਸਾਰੇ ਪੰਜਾਬੀ ਇੰਡੀਅਨ ਲੋਕ ਬਹੁਤ ਸਾਰੇ ਬਾਹਰ ਵਿਦੇਸ਼ਾਂ 'ਚ ਰੋਜ਼ੀ ਰੋਟੀ ਲਈ ਕੰਮ ਕਰਨ ਜਾਂਦੇ ਆ, ਜਿਨ੍ਹਾਂ ਦੀਆਂ ਮਾਵਾਂ ਇੱਧਰ ਇੰਡੀਆ ਦੇ ਵਿੱਚ, ਉਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦੀਆਂ। ਜਦੋਂ ਕੋਈ ਇੱਦਾਂ ਦੀ ਘਟਨਾ ਹੁੰਦੀ ਆ ਤਾਂ ਮਾਵਾਂ ਦਾ ਦਿਲ ਪੁੱਛਿਆ ਹੀ ਜਾਣਦਾ ਵਾ ਵੀ ਜਿਨ੍ਹਾਂ ਨੇ ਛੋਟੇ ਬੱਚੇ ਨੂੰ ਜਵਾਨ ਕਰਕੇ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਲਈ ਤੋਰਿਆ ਹੁੰਦਾ। ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਅੱਗੇ ਤੋਂ ਇਹੋ ਜਿਹੀ ਕੋਈ ਘਟਨਾਵਾਂ ਨਾ ਹੋਣ। ਜੋ ਹੋਇਆ ਅੱਜ ਬਹੁਤ ਮਾੜਾ ਹੋਇਆ। ਜਸਮੇਲ ਦੀ ਕਿੰਨੀ ਉਮਰ ਸੀ, ਕਿੰਨੇ ਭੈਣ ਭਰਾ ਸੀ? ਜਸਮੇਲ ਸਿੰਘ ਤਿੰਨ ਭੈਣ ਭਰਾ ਸੀ, ਦੋ ਭਾਈ ਸੀ ਅਸੀਂ, ਇੱਕ ਭੈਣ ਸੀ। ਕੋਈ 27-28 ਸਾਲ ਉਮਰ ਸੀਗੀ ਜੀ ਉਹਨਾਂ ਦੀ। ਸ਼ਾਦੀਸ਼ੁਦਾ ਸੀ ਸਾਰੇ? ਨਹੀਂ ਜੀ, ਸ਼ਾਦੀ ਨਹੀਂ ਹੋਈ ਸੀ ਹਲੇ ਉਹਨਾਂ ਦੀ। ਸ਼ਾਦੀ ਦੀ ਤਾਂ ਸਾਨੂੰ ਹਲੇ ਆਉਣ ਵਾਲੇ ਸਮੇਂ 'ਚ ਉਮੀਦ ਸੀ ਵੀ ਸ਼ਾਦੀ ਕਰਨਾ ਆਊਗਾ। ਤਿੰਨਾਂ ਬੱਚਿਆਂ ਦੀ ਸ਼ਾਦੀ ਨਹੀਂ ਹੋਈ ਹਲੇ? ਕਿੰਨਾ ਦੀ ਨਹੀਂ ਹੋਈ ਜੀ ਹਲੇ, ਉਸੇ ਨਾਲ ਹੀ ਸਾਰਾ ਪਰਿਵਾਰ ਚੱਲ ਰਿਹਾ ਸੀ ਇਸ ਟਾਈਮ। ਅਤੇ ਕੁਛ ਪਤਾ ਲੱਗਿਆ, ਕਿਸੇ ਨੇ ਦੱਸਿਆ ਤੁਹਾਨੂੰ ਘਟਨਾ ਦਾ ਕਿਵੇਂ ਪਤਾ ਲੱਗਿਆ ਵੀ ਕਿਵੇਂ ਘਟਨਾ ਵਾਪਰੀ ਹੈ ਸਾਰੀ ਘਟਨਾ ਜੀ? ਉਹ ਕੰਮ 'ਤੇ ਗਿਆ ਸੀ, ਜ਼ਿਆਦਾ ਫਿਨਿਸ਼ ਦਾ ਕੰਮ ਚੱਲਦਾ ਉੱਥੇ, ਉਹਦੇ ਸੰਬੰਧ 'ਚ ਉਹ ਗਿਆ ਸੀਗਾ। ਕੰਮ ਥੋੜ੍ਹਾ ਉਹਦਾ ਠੀਕ ਸੀਗਾ ਇਸ ਟਾਈਮ, ਕੁਛ ਜ਼ਿਆਦਾ ਲੋਕ ਜਿਹੜੇ ਪੁਰਾਣੇ ਗਏ ਵੇ ਆ ਕਹਿ ਲਓ, ਕੁਛ ਜਿਹੜੇ ਛਾਤਰ ਲੋਕ ਆ ਜਾਂ ਰੰਜਿਸ਼ ਰੱਖਦੇ ਆ ਜਿਹਦਾ ਕੰਮ ਵਧੀਆ ਚੱਲਦਾ, ਉਹ ਰੰਜਿਸ਼ ਦੇ ਤਹਿਤ ਹੀ ਉਹਨਾਂ ਦਾ ਕਤਲ ਕੀਤਾ ਗਿਆ। ਸਿੰਘ ਠੀਕ ਸੀ ਉਹਦਾ ਨਾਮ। ਕਿਵੇਂ ਘਟਨਾ ਵਾਪਰੀ? 2 ਸਾਲ ਪਹਿਲਾਂ ਮਨੀਲਾ ਗਿਆ ਸੀ, ਉੱਥੇ ਫਾਈਨੈਂਸ ਦਾ ਕੰਮ ਕਰਦਾ ਸੀਗਾ ਜੀ। ਉਹ ਆਪਦੀ ਫਾਈਨੈਂਸ ਦੀ ਗਰਾਹੀ ਲੈਣ ਗਿਆ ਸੀ, ਅਜੇ ਘਰੋਂ 3-4 ਕਿਲੋਮੀਟਰ ਹੀ ਗਿਆ ਸੀਗਾ, ਅਤੇ ਮੂਹਰੋਂ ਆਣ ਪਛਾਤੇ ਬੰਦਿਆਂ ਨੇ ਉਹਦੇ ਫੈਰ ਮਾਰੇ। ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਗੱਲ ਬਾਰੇ? ਸਾਨੂੰ ਅੱਥ ਨੇ ਸ਼ਾਮ ਨੂੰ 5 ਵਜੇ ਫੋਨ ਆਇਆ ਜੀ ਉੱਧਰੋਂ ਵੀ ਤੁਹਾਡੇ ਬੇਟੇ ਨੇ ਫਿਰ ਫੈਰ ਮਾਰ ਕੇ ਮਾਰ। ਸ਼ਾਦੀਸ਼ੁਦਾ ਸੀ ਜਾਂ ਕਿੱਦਾਂ? ਨਹੀਂ। ਉਹਦੀ ਲਾਸ਼ ਲਿਆਉਣ ਬਾਰੇ ਕੀ ਪ੍ਰਬੰਧ ਕੋਈ? ਅਸੀਂ ਉਹਦੀ ਲਾਸ਼ ਮੰਗਵਾਉਣ ਮਾਰੇ, ਉੱਥੋਂ ਹੀ ਸਾਡੇ ਬੰਦੇ ਆ ਲਿਆ ਜਾਲੇ, ਉਹ ਕਹਿੰਦੇ ਆ ਭੇਜਾਂਗੇ। ਕਦੋਂ ਤੱਕ ਆਉਣ ਦੀ ਸੰਭਾਵਨਾ? ਇਹ ਨਹੀਂ ਜੀ ਪਤਾ ਆਪਾਂ ਨੂੰ ਵੀ ਕਦੋਂ ਤੱਕ ਆਉਣ ਦੀ ਸੰਭਾਵਨਾ।